بسم اللہ الرحمن الرحیم اللهم صل علی محمد وعلی آل محمد میں پیٹ جنید احمد اپنے ویلج لائف چینل توں تہاڈے نال اج پھر مخاطب ہاں اج جڑی میں فصل دے بارے تہاڈے نال گلاں باتاں شیئر کراں گا تہانوں دساں گا او ہے مکئی دی فصل بہاریاں مکئی بہاریاں مکئی جڑی ہے جی میرے آلواں دے بعد دی کاشت ہے اور اے بیج ہے جی ایل ایس 9123 ਾਰੇ ਵਾਲਾ ਦੇ ਵਿੱਚ ਕੰਪਨੀ ਹੈ ਜੀ ਸਾਡੇ ਸ਼ਹਿਰ ਚ ਲਸਕਾਰਾ ਸੀਡ ਤੋਂ ਨਾਮ ਤੋਂ ਚੱਲ ਰਹੀ ਆ ਲਸਕਾਰਾ ਸੀਡ ਉਹ ਦੇ ਕੰਪਨੀ ਦਾ ਨਾਮ ਹੈ ਜੀ ਤੇ LS9123 ਔਰ LS7123 ਇਹਨੇ ਦੋ ਬੀਜ ਬਣਾਈ ਸੀ ਬਾਰੀਆ ਬਾਰੀਆ ਮਕਾਈ ਦੇ ਚ ਹਾਈਬ੍ਰਿਡ ਬੀਜ ਨੇ ਇਹਨਾਂ ਦੇ ਓਨਰ ਨੇ ਚੌਧਰੀ ਮੁਬਸ਼ਰ ਇਕਵਾਲ ਸਾਹਿਬ ਤੇ ਉਹਨਾਂ ਨੇ ਮੈਨੂੰ ਇਹ ਬੀਜ ਦਿੱਤਾ ਸੀ ਤੇ ਕਹਿੰਦੇ ਸੀ ਅੱਛੀ ਪੈਦਾਵਾਰ ਹੈ ਅਗਰ ਪੈਦਾਵਾਰ ਕਮ ਆਈ ਕੇ ਆਈ ਤਾਂ ਫਿਰ ਜਨਾਬ ਅਸੀਂ ਇਹਦੇ ਤੁਹਾਨੂੰ ਜਨਾਬ ਬਾਕੀ ਮੱਕੀ ਦੇ ਪੈਦਾਵਾਰ ਦੇ ਬਰਾਬਰ ਅਸੀਂ ਪੈਸੇ ਦੇਵਾਂਗੇ ਜੋ ਤਾਂ ਉਹਨਾਂ ਨੇ ਏਡੀ ਵੱਡੀ ਜ਼ਮਾਨਤ ਦਿੱਤੀ ਐ ਨਾ ਜੀ ਫਿਰ ਮੇਰਾ ਦਿਲ ਜਮਿਆ ਕਿ ਮੈਂ ਕਿ ਜੀ ਇਹਨੂੰ ਲਗਾ ਕੇ ਤਾਂ ਦੇਖੀਏ ਕਿਹਸਾ ਹੈ ਖੈਰ ਮੈਂ ਨਾ ਲਗਾ ਦਿੱਤਾ ਦੋ ਬੋਰੀ ਡੀਏਪੀ ਇੱਕ ਬੋਰੀ ਪੋਟਾਸ਼ੇ ਨੀਚੇ ਪਾ ਕੇ ਜ਼ਮੀਨ ਤਿਆਰ ਕਰਕੇ ਖਾਲੀਆਂ ਕੱਢੀਆਂ ਸਿੰਗਲ ਸਾਈਡ ਤੇ ਲਗਾਈ ਐ ਮਤਲਬ ਇੱਕ ਸਿੰਗਲ ਖਾਲੀ ਤੇ ਡਬਲ ਖਾਲੀ ਤੇ ਨਹੀਂ ਲਗਾਈ ਆਲੂਆਂ ਦਾ ਵੜ ਸੀ ਮੇਰਾ ਐ ਤੇ ਉਸ ਤੋਂ ਬਾਅਦ ਇਹਨੂੰ ਬਖਫੇ ਬਖਫੇ ਨਾਲ ਮਤਲਬ ਜਿਸ ਇਸ ਤਰ੍ਹਾਂ ਖਾਦ ਦੀ ਮਤਲਬ ਇਹਦੀ ਜ਼ਰੂਰਤ ਪੈਂਦਰੀ ਪੌਦਿਆਂ ਨੂੰ ਮੈਂ ਇਹਨੂੰ ਖਾਦ ਪਾੰਦਾ ਰਿਹਾ ਔਰ ਤਕਰੀਬਨ ਮੈਂ ਜੀ ਇਹਨੂੰ ਇਸ ਤੋਂ ਬਾਅਦ ਪੰਜ ਬੋਰੀ ਯੂਰੀਆ ਪਾਈ ਜੀ ਯ ਇੱਕ ਬੋਰੀ ਮੋਨਿਮ ਸਲਫੇਟ ਪਾਈ ਹੈ ਤੇ ਇੱਕ ਬੋਰੀ ਫਿਰ ਜਨਾਬ ਮੈਨੂੰ ਪੋਟਾਸ਼ ਦੀ ਆਖਰ ਤੇ ਜਦੋਂ ਇਹ ਆਪਣਾ ਤਕਰੀਬਨ ਗੋਭ ਦੇ ਵਿੱਚ ਆ ਗਈ ਸੀ ਹਲੇ ਨਰਸਟਾ ਉੱਪਰ ਲਾਇਆ ਇਹ ਉੱਪਰ ਵਾਲਾ ਨਰਸਟਾ ਇਹ ਨਹੀਂ ਕੱਢਿਆ ਸੀ ਤੇ ਉਸ ਵਕਤ ਮੈਂ ਖਾਦ ਪਾ ਦਿੱਤੀ ਹੈ ਤੇ ਇਹਦੇ ਵਿੱਚ ਮੈਂ ਸਾਰੇ ਦੋਸਤਾਂ ਨੂੰ ਕਹਾਂਗਾ ਜਰਾ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਔਰ ਬੈਲ ਆਈਕਨ ਨੂੰ ਦਬਾਇਆ ਜੇ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਆਸਾਨੀ ਨਾਲ ਪਹੁੰਚਦੀ ਰਹੇ ਇੰਨੀ ਖੁਰਾਕ ਮੈਨੂੰ ਪਾਈ ਹੈ ਜੀ ਅਲਹਮਦੁਲਿਲਾ ਹੁਣ ਇਹ ਸਵੇਲੇ ਕਰਾਸਿੰਗ ਮੁਕੰਮਲ ਹੋ ਗਈ ਹੈ ਇੱਕ ਛਲੀ ਦੇ ਬਾਲ ਜਿਹੜੇ ਨਹੀਂ ਕਾਲੇ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਇਹ ਮੈਂ ਦਿਖਾ ਰਿਹਾ ਜੀ ਅੰਦਰਲੀ ਸਾਈਡ ਤੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਦੇਖੋ ਬਾਲ ਆਪ ਬਲੈਕ ਹੋਏ ਨੇ ਬਰਾਊਨ ਇਹ ਬਰਾਊਨ ਹੋਣ ਦੀ ਨਿਸ਼ਾਨੀ ਹੁੰਦੀ ਆ ਕਿ ਮੱਕਈ ਦੇ ਪੌਦੇ ਆਪਣਾ ਛਲੀ ਦੀ ਕਰਾਸਿੰਗ ਹੋ ਗਈ ਆ ਦਾਣਾ ਬੰਨਣਾ ਸ਼ੁਰੂ ਹੋ ਗਿਆ ਦਾਣੇ ਬਣਦਾ ਅਮਲ ਜਿਹੜਾ ਸ਼ੁਰੂ ਹੋ ਗਿਆ ਇਹਨੂੰ ਇਹਨੂੰ ਮੈਂ ਖੁਰਾਕ ਪਾਈ ਜੀ ਅਲਹਮਦੁਲਿਲਾ ਤੇ ਪੌਦੇ ਦਾ ਕੱਦ ਤਕਰੀਬਨ ਮੇਰੇ ਹਿਸਾਬ ਦੇ ਵਿੱਚ ਨਾ ਜੀ ਮੈਂ ਪੂਰਾ ਹੁਣ ਤੁਹਾਨੂੰ ਦਿਖਾ ਦ ਰਿਹਾ ਕੋਸ਼ਿਸ਼ ਤਾਂ ਕਰ ਰਿਹਾ 11 ਫੁੱਟ ਕੱਦ ਹੋਏਗਾ ਮੇਰਾ ਅੰਦਾਜ਼ਾ 10 ਤੋਂ 11 1.5 11 ਫੁੱਟ ਨਾ ਆਰਾਊਂਡ ਬਾਊਟ ਕੱਦ ਹੈ ਪੌਦੇ ਦਾ ਔਰ ਟਾਂਡਾ ਵੀ ਮਜ਼ਬੂਤ ਹੈ ਔਰ ਇਹ ਸਭ ਤੋਂ ਵੱਡੀ ਖਾਸੀਅਤ ਜਿਹੜੀ ਹੈ ਨਾ ਜੀ ਉਹ ਅਸੀਂ ਸਾਨੂੰ ਜਾਰੀ ਮੁਬਸ਼ਰ ਇਕਵਾਲ ਸਾਹਿਬ ਨੇ ਕਿ ਇਹ ਪੌਦਾ ਆਖਰ ਤੱਕ ਆਪਣਾ ਪੱਤਾ ਇਹਦਾ ਖੁਸ਼ਕ ਨਹੀਂ ਹੋਏਗਾ ਪੌਦਾ ਵੀ ਖੁਸ਼ਕ ਨਹੀਂ ਹੋਏਗਾ ਨੀਚੇ ਪੱਤੇ ਵੀ ਖੁਸ਼ਕ ਨਹੀਂ ਹੋਣਗੇ ਬਾਅਦ ਮਕਈਆਂ ਦੇ ਮੈਂ ਦੇਖਦਾ ਨਾ ਕਿ ਪੌਦੇ ਨੀਚੇ ਪੱਤੇ ਮਕਈ ਦੇ ਨਾ ਜੀ ਖੁਸ਼ਕ ਹੋਣ ਜੇਦੀ ਵਜ ਨਾਲ ਖੁਰਾਕ ਦਾ ਅਮਲ ਦਾ ਸੁਸਤ ਪੈ ਜਾਂਦਾ ਵਾ ਔਰ ਪੌਦੇ ਦੇ ਵਿੱਚ ਖੁਰਾਕ ਜਾਨੀ ਘਟ ਜਾਂਦੀ ਹੈ ਪੌਦਾ ਜੜ ਦੇ ذریعے ਪੱਤੇ ਦੇ ذریعے ਮੁxtਲਫ ਤਰੀਕਿਆਂ ਨਾਲ ਖੁਰਾਕ ਲੈਂਦਾ ਇਹ ਦੇਖੋ ਮੈਂ ਤੁਹਾਨੂੰ ਪੌਦੇ ਦੀ ਜੜ ਤੋਂ ਵੀ ਦਿਖਾਣਾ ਇਹਨੂੰ ਕੱਲ ਪਾਣੀ ਲਗਾਇਆ ਸੀ ਇਹ ਦੇਖ ਸਕਦੇ ਹੋ ਤੁਸੀਂ نیچے ਤੱਕ ਪੱਤੇ ਅਲਹਮਦੁਲਿਲਾਹ ਜੀ ਸ਼ੁਰੂ ਤੋਂ ਲੈ ਕੇ ਇਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਆਖਰ ਤੱਕ ਕੋਈ ਪੱਤਾ ਇਹਦਾ ਪੀਲਾ ਨਹੀਂ ਹੋਇਆ ਕੋਈ ਪੱਤਾ ਖੁਸ਼ਕ ਨਹੀਂ ਹੋਇਆ ਬੀ ਬਹੁਤ ਅੱਛਾ ਜੇ ਤੇ ਪੈਦਾਵਾਰ ਤੋਂ ਅੱਲਾ ਪਾਕ ਦੇ ਹਵਾਲੇ ਜੀ ਉਹ ਮੇਰੇ ਸੋਹਣੇ ਰੱਬ ਨੇ ਪੈਦਾਵਾਰ ਦਾਣੀ ਦੇਣੀ ਹੈ ਤੇ ਅੰਦਾਜ਼ਾ ਹੈ ਮੇਰਾ ਇਨਸ਼ਾ ਅੱਲਾ ਜੀ ਪੈਦਾਵਾਰ ਬਹੁਤ ਅੱਛੀ ਆਏਗੀ ਪੈਦਾਵਾਰ ਇਹਦੀ ਕਰਦੀ ਨਹੀਂ ਹੈ ਬੀਜ ਬਹੁਤ ਅੱਛਾ ਨਿਕਲਿਆ ਤੇ ਬਾਕੀ ਇਹ ਕੁਝ ਦਿਨਾਂ ਤੋਂ ਬਾਅਦ ਮੈਂ ਇੱਕ ਹੋਰ ਵੀਡੀਓ ਦੀ ਅਪਲੋਡ ਕਰਾਂਗਾ ਉਹਦੇ ਬਾਰੇ ਉਹਦੇ ਵਿੱਚ ਫਿਰ ਮੈਂ ਤੁਹਾਨੂੰ ਇਹਦਾ ਦਾਣਾ ਮੁਕੰਮਲ ਹੋ ਗਿਆ ਜਦੋਂ ਫਿਰ ਦਿਖਾਵਾਂਗਾ ਇਨਸ਼ਾ ਅੱਲਾ ਤੇ ਐਸ ਸਾਈਡ ਤੇ ਮੇਰੀ ਹਾਈਬ੍ਰਿਡ ਮਿਰਚ ਖੜੀ ਹੈ ਆਪਣਾ ਜਿਹੜੀ ਗੋਲਡਨ ਹਾਰਟ ਇਹਦਰ ਮੁਕਾਈ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਕਿ ਦੋ ਬੋਰੀ ਡੀਏਪੀ ਇੱਕ ਬੋਰੀ ਪੋਟਾਸ਼ ਪੰਜ ਬੋਰੀ ਯੂਰੀਆ ਇੱਕ ਬੋਰੀ ਜਨਾਬ ਜਿਹੜੀ ਸਲਫੇਟ ਫਿਰ ਇੱਕ ਬੋਰੀ ਜਨਾਬ ਜਿਹੜੀ ਪੋਟਾਸ਼ ਇਹ ਮੁਕੰਮਲ ਖੁਰਾਕ ਕੀਤੀ ਸੀ ਮੈਂ ਇਹਨੂੰ ਦਾਣੇਦਾਰ ਦਵਾਈ ਨਹੀਂ ਪਾਈ ਸੀ ਫਿਰ ਡਾਨ ਜਾਂ ਕੋਈ ਵੀ ਮਤਲਬ ਜਿਹੜਾ ਹੈ ਨਾ ਜੀ ਮੈਂ ਇਹਨੂੰ ਪਾਈ ਸੀ ਜਨਾਬ ਸਪਰੇਅ ਕੀਤਾ ਸੀ ਸੌਰੀ ਸਪਰੇਅ ਕੀਤਾ ਸੀ ਦੋ ਸਪਰੇਅ ਮੈਂ ਕੀਤਾ ਜੀ ਪਹਿਲੇ ਲਿਉਫੁਰਾਨ ਔਰ ਤੀਸਰਾ ਸਪਰੇਅ ਮੈਂ ਕੋਰਾਜਨ ਐਫਐਮਸੀ ਦੀ ਕੰਪਨੀ ਦਵਾਈ ਹੈ ਬੜੀ ਜ਼ਬਰਦਸਤ ਦਵਾਈ ਹੈ ਇਹ ਤਿੰਨ ਸਪਰੇਅ ਮੈਂ ਇਹਨੂੰ ਕੀਤਾ ਸੀ ਰਿਜ਼ਲਟ ਬਹੁਤ ਅੱਛਾ ਆਇਆ ਤੇ ਬਗੈਰ ਸੁੰਡੀ ਤੋਂ ਮਤਲਬ ਹੁਣ ਜਿਹੜੀ ਨਾ ਪਾਪਾ ਦਾ ਮੇਰਾ ਚੱਲਿਆ ਸੁੰਡੀ ਨਹੀਂ ਆਈ ਸੀ ਵਿੱਚ ਇੱਕ ਦੋ ਕਿਤੇ ਕਿਤੇ ਪੌਦੇ ਨੂੰ ਹੁਣ ਠੀਕ ਹੈ ਅਲਮੁਦੁਲਿਲਾ ਤੇ ਔਰ ਛੱਲੀ ਕੱਟ ਗਈ ਹੈ ਛੱਲੀ ਕਰਾਸਿੰਗ ਮੁਕੰਮਲ ਹੋ ਗਈ ਹੈ ਇਨਸ਼ਾਅੱਲਾ ਉਮੀਦ ਹੈ ਵੀ 1 ਮਹੀਨੇ ਦੇ ਅੰਦਰ ਅੰਦਰ ਪੱਕ ਜਾਏਗੀ ਦਾਣਾ ਚਾਰ ਹੋ ਜਾਏਗਾ ਫਿਰ ਕਦਾਵਾਰ ਇਨਸ਼ਾਅੱਲਾ ਪਤਲਾ ਚੱਲ ਜਾਏਗਾ ਤੇ ਸਾਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਕਰਿਆ ਜੇ ਤੇ ਆਇੰਦਾ ਸਾਲ ਹਾਈਬ੍ਰਿਡ ਬੀਜ ਸਕਾਰਾ ਸੀਡ ਕੰਪਨੀ ਆਰ ਵਾਲਾ ਤੋਂ ਚੌਧਰੀ ਮੁਬਸ਼ਰ ਇਕਵਾਲ ਸਾਹਿਬ ਦੀ ਹੈ ਜੀ ਕੰਪਨੀ ਇਹ ਉਹਨਾਂ ਨੇ ਇਸ ਬੀਜ ਤਿਆਰ ਕੀਤੇ ਨੇ LS7123 ਅਤੇ LS9123 ਇਹ ਬੀਜ ਹੈ ਜਿਹੜਾ LS7123 ਹੈ ਜੀ ਇਹ ਗਤੀ ਕਾਸ਼ ਦੇ ਚਾਰ LS9123 ਆਲੂ ਦੀ ਵੱਡੀ ਕਾਸ਼ ਦੇ ਵਿੱਚ ਹੈਗਾ ਮੇਰੇ ਆਲੂ ਦੀ ਵੱਡ ਸਲੇਟ ਕਾਸ਼ੀ ਮੈਂ ਉਹਦੇ ਚ ਲਗਾਇਆ ਦੋਨੋਂ ਬੀਜ ਦੂਸਰਾ ਬੀਜ ਵੀ ਮੈਂ ਦੇਖਿਆ ਇੱਕ ਜਗ੍ਹਾ ਲੱਗਾ ਹੋਇਆ ਛਾ ਹੈ ਇਹ ਵੀ ਬਹੁਤ ਅੱਛਾ ਹੈ ਤਾਂ ਕੋਸ਼ਿਸ਼ ਕਰਾ ਜੀ ਅੰਤ ਸਾਲ ਇਹਨੂੰ ਵੀ ਟਰਾਈ ਕਰਕੇ ਦੇਖ ਲਿਆ ਜੀ ਤੇ ਆਪਣੀ ਸ਼ਾਲਾ ਪੈਦਾਵਾਰ ਚਾਹੀਦੀ ਹੈ ਪਾਕਿਸਤਾਨੀ ਬੀਜਾਂ ਕੰਪਨੀ ਪਾਕਿਸਤਾਨੀ ਹੈ ਸਾਡੇ ਪਾਕਿਸਤਾਨ ਨੂੰ ਪੈਸਾ ਜਾਏਗਾ ਬਾਹਰ ਦੀ ਕੰਪਨੀ ਨੂੰ ਦੇਵਾਂਗੇ ਪੈਸੇ ਯਹੂਦੀਆਂ ਨੂੰ ਉਹ ਤੇ ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਮਰਜ਼ੀ ਕਰ ਲੋ ਕੋਈ ਮੇਰਾ پابੰਦੀ ਤੇ ਨਹੀਂ ਲੇਕਿਨ ਮੈਂ ਤਾਂ ਰਿਕਵੈਸਟ ਹੀ ਕਰ ਸਕਦਾ ਆਪਣੇ ਜ਼ਿੰਮੇਦਾਰ ਭਰਾਵਾਂ ਨੂੰ ਕਿ ਉਹ ਆਪਣਾ ਇਹਦੇ ਤੇ ਗੌਰ ਕਰਨ ਅਗਰ ਪੈਦਾਵਾਰ ਸਾਡੀ ਅੱਛੀ ਆਂਦੀ ਹੈ ਤਾਂ ਫਿਰ ਅਸੀਂ ਆਪਣੇ ਪਾਕਿਸਤਾਨ ਦੀ ਬੀਜਾਂ ਨੂੰ ਪ੍ਰੋਮੋਟ ਕਰੀਏ ਔਰ ਉਹਦੇ ਤੇ ਨਾ ਪੈਦਾਵਾਰ ਵੀ ਲਈਏ ਔਰ ਪਾਕਿਸਤਾਨ ਵੀ ਖੁਸ਼ਹਾਲ ਹੋਏਗਾ ਜੀ ਸਾਡਾ ਦੋਸਤਾਂ ਨੂੰ ਮੇਰੀ ਤਰਫੋਂ ਦੁਆ ਵੀ ਹੈ ਕਿ ਅੱਲਾਹ ਤਾਲਾ ਤੁਹਾਨੂੰ ਸ ਤੁਹਾਡੇ ਰਿਸਕ ਦੇ ਵਿੱਚ ਬਹੁਤ ਬਹੁਤ ਇਜ਼ਾਫਾ ਕਰੇ ਅੱਲਾ ਹਾਫਿਜ਼